ਦੋਸਤੋ ਵੈਲਕਮ ਕਰਦੇ ਹਾਂ ਤੁਹਾਡੇ ਪੰਜਾਬ ਜੌਬ ਸਰਚ ਅਫੀਸ਼ੀਅਲੀ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ 'ਚ ਔਰਤਾਂ ਜਿਹੜਾ 1-1000 ਰੁਪਿਆ ਪ੍ਰਤੀ ਮਹੀਨਾ ਤੇ ਜਿਹੜੇ ਬਜ਼ੁਰਗਾਂ ਨੂੰ 2500 ਰੁਪਿਆ ਪੈਨਸ਼ਨ ਤੇ ਹੋਰ ਜਿਹੜੀਆਂ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਸਹੂਲਤਾਂ ਦੇ ਉੱਪਰ ਜਿਹੜੀ 18 ਨਵੰਬਰ ਤੋਂ ਜਿਹੜੀ ਸ਼ੁਰੂ ਹੋ ਜਾਣੀ ਹੈ ਤੁਹਾਨੂੰ ਵੀਡੀਓ ਵਿੱਚ ਮੈਂ ਸਟੈਪ ਬਾਈ ਸਟੈਪ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂ ਕਿਉਂਕਿ ਅਸੀਂ ਹਰਦਾਂ ਤੁਹਾਡੇ ਲਈ ਨਵੇਂ-ਨਵੇਂ ਸਰਕਾਰੀ ਨੌਕਰੀਆਂ ਸਰਕਾਰੀ ਸਕੀਮਾਂ ਜਿਹੜੇ ਲੇਟੈਸਟ ਅਪਡੇਟ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਜਾਨਾ ਤੁਸੀਂ ਸਾਡੇ WhatsApp Telegram ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਿਹੜਾ ਪੰਜਾਬ ਦੇ ਵਿੱਚ ਕੈਬਨਰ ਮੰਤਰੀ ਬਲਜੀਤ ਕੌਰ ਦਾ ਬਿਆਨ ਆਇਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਪੰਜਾਬ ਦੀਆਂ ਕਿੰਨੀਆਂ ਔਰਤਾਂ ਨੇ ਉਹਦੀ ਕਾਊਂਟਿੰਗ ਕਰ ਲਈ ਗਈ ਆ ਤੇ ਕਿੰਨੇ ਇੱਕ ਮਹੀਨੇ ਵਿੱਚ ਉਹਨਾਂ ਦਾ ਖਰਚਾ ਆਵੇਗਾ ਤੇ ਇੱਕ ਸਾਲ ਵਿੱਚ ਕਿੰਨਾ ਖਰਚਾ ਆਵੇਗਾ ਸਾਰਾ ਜਿਹੜਾ ਪਰਫਾਰਮਾ ਤਿਆਰ ਹੋ ਕੇ ਭਗਵੰਤ ਮਾਨ ਜੀ ਕੋਲ ਜਾ ਰਿਹਾ ਕਿ ਹੁਣ ਉਹਨਾਂ ਦੇ ਵੱਲੋਂ ਇਹ ਜੀ ਇਹ 18 ਨਵੰਬਰ 2022 ਨੂੰ ਜਿਹੜੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਮੀਟਿੰਗ ਦੇ ਵਿੱਚ ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 18 ਨਵੰਬਰ ਦਿਨ ਸ਼ੁੱਕਰਵਾਰ ਦੁਪਹਿਰ 12 ਵਜੇ ਜਿਹੜੀ ਇਹ ਕੀਤੀ ਜਾਵੇਗੀ ਠੀਕ ਹੈ ਜਿਦੇ ਵਿੱਚ ਉਹਨਾਂ ਵੱਲੋਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਲੈ ਕੇ ਵਿਚਾਰਾਂ ਵਟਾਂਦਰਾ ਹੋਣਗੇ ਐਸ ਤੋਂ ਇਲਾਵਾ ਜਿਹੜੇ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਚਾਰਾਂ ਕੀਤੇ ਜਾਂ ਜਾ ਸਕਦੀਆਂ ਨੇ ਪੰਜਾਬ ਦੇ ਜਿੰਨੇ ਮੁੱਦੇ ਨੇ ਉਹਨਾਂ ਉੱਪਰ ਵਿਚਾਰਾ ਹੋਣਗੇ ਅਤੇ ਜਿਹੜੀਆਂ ਪੰਜਾਬ ਦੀਆਂ ਪੈਂਡਿੰਗ ਸਹੂਲਤਾਂ ਪਈਆਂ ਜਿਹੜੀ ਹੁਣ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਜਦੋਂ ਵੀ ਫੈਸਲਾ ਲਿਆ ਜਾਵੇਗਾ ਸਭ ਤੋਂ ਜਿਹੜੀ ਪਹਿਲੀ ਸਹੂਲਤਾ ਹੁਣ ਔਰਤਾਂ ਦੇ 1-1000 ਰੁਪਏ ਖਾਤੇ ਵਿੱਚ ਪਾਏ ਜਾਵੇਗਾ ਹੋ ਸਕਦਾ ਹੈ ਕਿ 18 ਨਵੰਬਰ ਨੂੰ ਇਸ 1-1000 ਰੁਪਏ ਔਰਤਾਂ ਤੇ 2500 ਵਾਲੀ ਪੈਨਸ਼ਨ ਦੇ ਉੱਪਰ ਮੋਹਰ ਲੱਗ ਜਾਵੇ ਤਾਂ ਜੋ ਪੰਜਾਬ ਦੀਆਂ ਔਰਤਾਂ ਤੇ ਬਜ਼ੁਰਗਾਂ ਨੂੰ ਵੱਡੀ ਖੁਸ਼ਖਬਰੀ ਮਿਲ ਜਾਵੇ। ਫਾਈਨਲ ਆਏ 18 ਨਵੰਬਰ ਨੂੰ ਹੀ ਪਤਾ ਚੱਲੇਗਾ ਕਿ 1000 ਰੁਪਏ ਵਾਲੀ ਔਰਤਾਂ ਦੀ ਸਕੀਮ ਦੇ ਉੱਪਰ ਮੋਹਰ ਲੱਗਦੀ ਆ ਜਾਂ ਹਜੇ ਹੋਰ ਵੇਟ ਕਰਨਾ ਪਵੇਗਾ। ਬਾਕੀ ਭਾਰਤੀ ਤੇ ਸਰਕਾਰੀ ਸਕੀਮਾਂ ਦਾ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈ ਜੈ ਹਿੰਦ